ਪਲਸ 2 ਕਲਾਸ ਪੰਜਾਬ ਬੋਰਡ ਜਿੱਦਾਂ ਕਿ 10 ਮਈ ਨੂੰ ਤੁਹਾਡਾ ਪੇਪਰ ਆ ਲਾਜ਼ਮੀ ਪੰਜਾਬੀ ਦਾ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀ ਗ੍ਰਾਮਰ ਦੀ ਤਿਆਰੀ ਕਰਨੀ ਆ ਕਿਉਂਕਿ ਇਹ ਛੋਟੇ ਛੋਟੇ ਜਿਹੜੇ ਟੌਪਿਕ ਆ ਇਹਨਾਂ ਦੇ ਨਾਲ ਹੀ ਤੁਹਾਡੇ ਨੰਬਰ ਬਣਨੇ ਆ ਇਹ ਵਾਲਾ ਟੌਪਿਕ ਪਹਿਲਾਂ ਸ਼ੁਰੂ ਆਪਾਂ ਕਰਾਉਣ ਲੱਗੇ ਆ ਸ਼ਬਦ ਕੋਸ਼ ਜਿਸ ਨੂੰ ਕਹਿੰਦੇ ਆ ਤਰਤੀਬ ਅਨੁਸਾਰ ਲਿਖਣਾ ਜਿੱਦਾਂ ਡਿਕਸ਼ਨਰੀ ਦੇ ਵਿੱਚ ਵਰਡ ਲਿਖੇ ਹੁੰਦੇ ਆ ਪਹਿਲਾਂ A ਵਾਲੇ ਆਗੇ ਸਾਰੇ ਫਿਰ B ਵਾਲੇ ਫਿਰ C ਵਾਲੇ ਫਿਰ D ਵਾਲੇ ਇਸੇ ਤਰੀਕੇ ਨਾਲ ਜਿਹੜੇ ਆਪਾਂ ਜੜੀ ਆਪਣੇ 35 ਅੱਖੜੀ ਊੜਾ ਐੜਾ ਠੀਕਾ ਇਹ ਤੁਹਾਨੂੰ ਆਉਣਾ ਚਾਹੀਦਾ ਕਿਉਂਕਿ ਇਹਦੇ ਅਨੁਸਾਰ ਆਪਾਂ ਜਿਹੜੇ ਸ਼ਬਦ ਲਿਖਣੇ ਆ ਅਰੇਂਜ ਕਰਨੇ ਆ ਠੀਕ ਆ ਜਿੱਦਾਂ ਕਿ ਇਹ ਜਿਹੜਾ ਤਰਤੀਬ ਅਨੁਸਾਰ ਆਉਣਾ ਇਹ ਤੁਹਾਨੂੰ ਤਿੰਨ ਤਰ੍ਹਾਂ ਪੇਪਰ ਦੇ ਵਿੱਚ ਆਉਣਾ ਵਾ ਇੱਕ ਤਾਂ ਸਿੰਪਲ ਆਉਣਾ ਵਾ ਤੇ ਦੂਸਰਾ ਆਪਾਂ ਨੂੰ ਜਿਹੜੇ ਦੋ ਅੱਖਰ ਸੇਮ ਦਿੱਤੇ ਹੋਊਗੇ ਜਾਂ ਸਾਰੇ ਅੱਖਰ ਸੇਮ ਦਿੱਤੇ ਹੋਊਗੇ ਉਹ ਤੇ ਇੱਕ ਤੁਹਾਨੂੰ ਆਉਣਾ ਵਾ ਲਗਾ ਮਾਤਰਾ ਜਿਹਦੇ ਵਿੱਚ ਦਿੱਤੀਆਂ ਹੋਊਗੀਆਂ ਉਹ ਸਭ ਤੋਂ ਪਹਿਲਾ ਪਾਰਟ ਆਪਾਂ ਸ਼ੁਰੂ ਕਰਦੇ ਆ ਤਰਤੀਬ ਅਨੁਸਾਰ ਲਿਖਣਾ ਤੁਹਾਨੂੰ ਸਭ ਨੂੰ ਊੜਾ ੜਾ ਤਾਂ ਹੁੰਦਾ ਹੀ ਹੋਊਗਾ ਕੁਝ ਇਸ ਤਰ੍ਹਾਂ ਉਹਨਾਂ ਨੇ ਆਪਾਂ ਨੂੰ ਸਟੇਟਮੈਂਟ ਪਾ ਦੇਣੀ ਆ ਐਕਸਾਈਡ ਦੀ ਤੇ ਆਪਾਂ ਇਧਰਲੀ ਸਾਈਡ ਤੇ ਆਨਸਰਸ ਲਿਖਣੇ ਆ ਜਿੱਦਾਂ ਕਿ ਤੁਹਾਨੂੰ ਤੁਹੀ ਸਭ ਤੋਂ ਪਹਿਲਾਂ ਆਹ ਵਾਲੀ ਇਧਰ ਤੁਹਾਨੂੰ ਸਟੇਟਮੈਂਟ ਦਿੱਤੀ ਆ ਇਹਦੇ ਵਿੱਚੋਂ ਤੁਸੀਂ ਦੇਖ ਲੈਣੇ ਆ ਊੜੇ ਐਂ ਦੇ ਅਨੁਸਾਰ ਸਭ ਤੋਂ ਪਹਿਲਾ ਅੱਖਰ ਕਿਹੜਾ ਹੁੰਦਾ ਜਿੱਦਾਂ ਕਿ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਹੁੰਦਾ ਵਾ ਖਖਾ ਫੇ ਉਸ ਤੋਂ ਬਾਅਦ ਆਉਂਦਾ ਵਾ ਤੱਤਾ ਫੇ ਆਉਂਦਾ ਵਾ ਥੱਥਾ ਫੇ ਆਉਂਦਾ ਵਾ ਦੱਦਾ ਫੇ ਆਉਂਦਾ ਵਾ ਤੱਦਾ ਫੇ ਆਉਂਦਾ ਵਾ ਫਫਾ ਠੀਕ ਆ ਇਹ ਸਾਰੇ ਆਲਟਪਰਡ ਲਿਖੇ ਸੀ ਆਪਾਂ ਊੜੇ ਏੜੇ ਦੇ ਅਨੁਸਾਰ ਜਿਹੜਾ ਅੱਖਰ ਪਹਿਲਾ ਹੁੰਦਾ ਠੀਕ ਆ ਉਸ ਤਰ੍ਹਾਂ ਆਪਾਂ ਅੱਖਰ ਪਹਿਲਾ ਕੱਢ ਲੈ ਸਾਈਡ ਤੇ ਕੱਢਣ ਦੀ ਲੋੜ ਨਹੀਂ ਜਿਨ੍ਹਾਂ ਨੂੰ ਉਦਾਂ ਹੀ ਪਤਾ ਲੱਗ ਜਾਂਦਾ ਵੀ ਹਾਂ ਇਹ ਪਹਿਲਾ ਹੁੰਦਾ ਉਹ ਲਿਖ ਸਕਦੇ ਆ ਇਹ ਤਾਂ ਜਸਟ ਤੁਹਾਨੂੰ ਦੱਸਿਆ ਵਾ ਮੈਂ ਟਿਪ ਦਿੱਤੀ ਆ ਪੇਪਰ ਦੇ ਵਿੱਚ ਤੁਸੀਂ ਬਸ ਇੱਧਰ ਉਸੇ ਤਰੀਕੇ ਨਾਲ ਫੇਰ ਕੱਢ ਕੇ ਲਿਖ ਦੇਣੇ ਜਿੱਦਾਂ ਪਹਿਲਾ ਖਖੇ ਵਾਲਾ ਹੁੰਦਾ ਸੀ ਖਿਸਕ ਲਿਖਤਾ ਤੱਤੇ ਵਾਲਾ ਹੁੰਦਾ ਸੀ ਤਰਸਣਾ ਲਿਖਤਾ ਥੱਥੇ ਵਾਲਾ ਹੁੰਦਾ ਸੀ ਥਰਮਾਮੀਟਰ ਲਿਖਤਾ ਦਰਬਾਰ ਤੋਖਾ ਪੱਟੜ ਠੀਕ ਆ ਇਹ ਤਰਤੀਬ ਅਨੁਸਾਰ ਜਿਹੜਾ ਸਿੰਪਲ ਜਿਹਾ ਉਹ ਤੁਹਾਨੂੰ ਪੇਪਰ 'ਚ ਪਾਉਗੇ ਤਾਂ ਤੁਸੀਂ ਇੱਦਾਂ ਕਰਨਾ ਵਾ ਠੀਕ ਆ ਨੈਕਸਟ ਦੂਜੇ ਨੰਬਰ ਤੇ ਕੀ ਆ ਦੂਜੇ ਨੰਬਰ ਤੇ ਉਹ ਕੀ ਕਰ ਸਕਦੇ ਆ ਜਾਂ ਤਾਂ ਉਹ ਦੋ ਅੱਖਰ ਮਤਲਬ ਇੱਕੋ ਜਿਹੇ ਦੇ ਸਕਦੇ ਜਿੱਦਾਂ ਦੱਦਾ ਤੇ ਇੱਥੇ ਵੀ ਦੱਦਾ ਹੁਣ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਉਹੀ ਪਹਿਲਾਂ ਵਾਂਗੂ ਦੇਖਣਾ ਕਿ ਪਹਿਲਾ ਕਿਹੜਾ ਆਉਂਦਾ ਅੱਖਰ ਜਿੱਦਾਂ ਸਭ ਤੋਂ ਪਹਿਲਾਂ ਊੜ ਏੜ ਦੇ ਵਿੱਚ ਇਹਨਾਂ ਅੱਖਰਾਂ ਦੇ ਵਿੱਚੋਂ ਕੀ ਆਉਂਦਾ ਵਾ ਦੱਦਾ ਆਉਂਦਾ ਵਾ ਤੇ ਫੇ ਰਾਰਾ ਆਉਂਦਾ ਵਾ ਫੇ ਵਾਵਾ ਆਉਂਦਾ ਵਾ ਤੇ ਫੇ ਫੇ ਵਾਵਾ ਹੁੰਦਾ ਹੁਣ ਇੱਥੇ ਉਹਨਾਂ ਨੇ ਦੱਦਾ ਵੀ ਦੋ ਵਾਰੀ ਦਿੱਤਾ ਵਾ ਤੇ ਵਾਵਾ ਵੀ ਦੋ ਵਾਰੀ ਦਿੱਤਾ ਇਹਨਾਂ ਨੂੰ ਕਿੱਦਾਂ ਤਰਤੀਬ ਕਰਨਾ ਫਿਰ ਅਹੀ ਜਦੋਂ ਪਹਿਲਾ ਅੱਖਰ ਸੇਮ ਹੋਵੇ ਦੋਮਾਂ ਦਾ ਫੇਹੀ ਦੂਜਾ ਅੱਖਰ ਦੇਖੀਦਾ ਹੁੰਦਾ ਕਿ ਦੂਜਾ ਅੱਖਰ ਪਹਿਲਾ ਕਿਹੜਾ ਹੁੰਦਾ ਹੁਣ ਇਹਦੇ ਵਿੱਚ ਦੋਹੀ ਦੂਜਾ ਅੱਖਰ ਦੇਖਿਆ ਪਹਿਲਾ ਰਾਰਾ ਹੁੰਦਾ ਜਾਂ ਸਸਾ ਹੁੰਦਾ ਪਹਿਲਾ ਸਸਾ ਹੁੰਦਾ ਇਸ ਕਰਕੇ ਆਪਾਂ ਪਹਿਲਾ ਕੀ লিখਿਆ ਦਸਤਾਰ ਫੇ ਆਪਾਂ ਲਿਖਿਆ ਦਰਬਾਰ ਫਿਰ ਜਿੱਦਾਂ ਕਿ ਤੁਹਾਨੂੰ ਪਤਾ ਹੀ ਰਾਰਾ ਹੁੰਦਾ ਫਿਰਾਰੇ ਵਾਲਾ ਇੱਕੋ ਸੀ ਫਿਰ ਅਗੜ ਲਿਖਤਾ ਫਿਰ ਇਹਨਾਂ ਦੋਵਾਂ ਵਿੱਚੋਂ ਵਾਵਾ ਸੇਮ ਸੀ ਆਪਾਂ ਫਿਰ ਦੂਜਾ ਅੱਖਰ ਦੇਖਿਆ ਕਕਾ ਆਉਂਦਾ ਪਹਿਲਾਂ ਜਾਂ ਹਹਾ ਆਉਂਦਾ ਤੇ ਫਿਰ ਇਸ ਕਰਕੇ ਪਹਿਲਾਂ ਹਹਾ ਹੁੰਦਾ ਸੀ ਆਪਾਂ ਵਾਟੀ ਲਿਖਤਾ ਫਿਰ ਵਖਤ ਆਉਂਦਾ ਸੀ ਆਪਾਂ ਇੱਥੇ ਵਖਤ ਲਿਖਤਾ ਇਸੇ ਤਰੀਕੇ ਨਾਲ ਜਿਹੜੇ ਦੋ ਆ ਤੁਹਾਨੂੰ ਸਭ ਨੂੰ ਮੈਨੂੰ ਲੱਗਦਾ ਕਲੀਅਰ ਹੋ ਗਏ ਹੋਗੇ ਕਿਉਂਕਿ ਇਹ ਤਾਂ ਈਜ਼ੀ ਸੀਗੇ ਨੈਕਸਟ ਇੱਕ ਤੀਜਾ ਪਾਰਟ ਆ ਜਿਹਦੇ ਵਿੱਚ ਉਹਨਾਂ ਨੇ ਤੁਹਾਨੂੰ ਜਿਹੜੀਆਂ ਲਗਾ ਮਾਤਰਾ ਪਾਈਆਂ ਹੋਗੀਆਂ ਤੇ ਤੁਸੀਂ ਲਗਾ ਮਾਤਰਾ ਦੇ ਅਨੁਸਾਰ ਲਿਖਣਾ ਇਹਦੇ ਵਾਸਤੇ ਤੁਹਾਨੂੰ ਇੱਕ ਚੀਜ਼ ਯਾਦ ਕਰਨੀ ਪੈਣੀ ਆ ਆ ਚੀਜ਼ ਤੁਹਾਡੀ ਬੁੱਕਸ ਵਿੱਚ ਵੀ ਹੋਊਗੀ ਜੇ ਨਈ ਬੁਕਸ ਵਿੱਚ ਹੈਗੀ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਆ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਜਦੋਂ ਲਗਾ ਮਾਤਰਾ ਵਾਲੇ ਤੁਹਾਨੂੰ ਆ ਗਿਆ ਨਾ ਜਿੱਦਾਂ ਇਹਦੇ ਵਿੱਚ ਲਗਾ ਮਾਤਰਾ ਪਾਈਆਂ ਹੋਗੀਆਂ ਹਨ ਇਹ ਇਹ ਤੁਸੀਂ ਕਿੱਦਾਂ ਕਰਨਾ ਪਹਿਲਾਂ ਆ ਚੀਜ਼ ਨੂੰ ਸਮਝੋ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝ ਲੱਗ ਜਾਣਾ ਇਹ ਵੀ ਜਰੂਰ ਪੇਪਰ 'ਚੋਂ ਇਦਾਂ ਦਾ ਪਾ ਦਿੰਦੇ ਹੁੰਦੇ ਆ ਸਭ ਤੋਂ ਪਹਿਲਾਂ ਮੁਖਤਾ ਉਹ ਕਹਿੰਦੇ ਸਭ ਤੋਂ ਪਹਿਲਾਂ ਉਹ ਅੱਖਰ ਲਿਖਣਾ ਵਾ ਜੇ ਜਿਹਦੇ ਨਾਲ ਕੋਈ ਵੀ ਲਗਾ ਮਾਤਰਾ ਨਹੀਂ ਪਾਈ ਹੋਗੀ ਫਿਰ ਉਸ ਤੋਂ ਬਾਅਦ ਆ ਜੇ ਕੰਨਾ ਕੰਨਾ ਸੀਆਰੀ ਵਿਆਰੀ ਔਕੜ ਦਲੈਂਕੜ ਲਾਂ ਦਲਾਮ ਹੋੜਾ ਕਨੋੜਾ ਬਿੰਦੀ ਟਿੱਪੀ ਅੱਧਕ ਇਹਦਾ ਤਰਤੀਬ ਤੁਹਾਨੂੰ ਯਾਦ ਹੋਣਾ ਚਾਹੀਦਾ ਫੇਰੀ ਤੁਸੀਂ ਜਿਹੜਾ ਲਗਾ ਮਾਤਰਾਵਾਂ ਵਾਲਾ ਇਹ ਜਿਹੜਾ ਤਰਤੀਬ ਅਨੁਸਾਰ ਲਿਖਣਾ ਵਾ ਇਹ ਕਰ ਸਕਦੇ ਆ ਆ ਜਿੱਦਾਂ ਉੱਪਰ ਉਹਨਾਂ ਨੇ ਸਿੰਪਲ ਪਾਇਆ ਹੋਇਆ ਠੀਕ ਆ ਇਹ ਤਾਂ ਸੌਖਾ ਹੀ ਸੀਗਾ ਹੁਣ ਜੇ ਲਗਾ ਮਾਤਰਾਵਾਂ ਵਾਲਾ ਪਉਂਦੇ ਆ ਉਹ ਇਹਦੇ ਵਾਸਤੇ ਤੁਹਾਨੂੰ ਆ ਚੀਜ਼ ਯਾਦ ਰੱਖਣੀ ਪੈਣੀ ਆ ਮੁਕਤਾ ਮਤਲਬ ਜਿਹਦੇ ਨਾਲ ਕੋਈ ਲਗਾਮ ਆਤਰਾ ਨਹੀਂ ਲੱਗੀ ਕੰਨਾ ਸਿਆਰੀ ਵਿਹਾਰੀ ਔਕੜ ਗਲੈਂਕੜ ਲਾਮ ਦਲਾਮ ਹੋੜਾ ਕਨੋੜਾ ਬਿੰਦੀ ਟਿੱਪੀ ਅਦਕ ਇਹ ਸਭ ਨੂੰ ਚੇਤੇ ਹੋਣਾ ਚਾਹੀਦਾ ਠੀਕ ਆ ਫਿਰ ਦੇਖਦੇ ਹਾਂ ਕਿੱਦਾਂ ਕਰਨਾ ਵਾ ਜਿੱਦਾਂ ਕਿ ਆਪਾਂ ਐਗਜ਼ਾਮਪਲ ਤੌਰ ਤੇ ਲੈਨੇ ਆ ਆ ਉਹਨਾਂ ਨੇ ਸਟੇਟਮੈਂਟ ਪਾਈ ਆ ਆ ਤਾਂ ਆਪਾਂ ਅਨਸਰ ਲਿਖਿਆ ਵਾ ਠੀਕ ਆ ਸਟੇਟਮੈਂਟ ਉਹਨਾਂ ਨੇ ਕੀ ਪਾਈ ਆ ਸਭ ਤੋਂ ਪਹਿਲਾਂ ਤਾਂ ਆਪਾਂ ਜਿੱਦਾਂ ਲਿਖੀ ਦਾ ਊੜੇ ਐੜੇ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਅੱਖਰ ਆਉਂਦਾ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਸੀ ਸ਼ਿਸ਼ਾ ਸ਼ਿਸ਼ਾ ਦੋ ਵਾਰ ਲਿਖਿਆ ਹੋਇਆ ਸੀਗਾ ਇਸ ਕਰਕੇ ਆਪਾਂ ਸ਼ਿਸ਼ਾ ਵੀ ਦੋ ਵਾਰ ਹੀ ਲਿਖ ਲਿਆ ਫੇ ਆਉਂਦਾ ਹੀ ਜਿੱਜਾ ਜਿੱਜਾ ਇਹਦੇ ਵਿੱਚ ਤਿੰਨ ਵਾਰ ਲਿਖਿਆ ਸੀ ਆਪਾਂ ਤਿੰਨ ਵਾਰ ਜਿੱਜਾ ਲਿਖ ਲਿਆ ਤੇ ਫੇ ਕੀ ਲਿਖਿਆ ਉਹਨਾਂ ਨੇ ਚਿੱਜਾ ਜਾ ਲਗਿਆ ਆਪਾਂ ਹੁਣ ਆਪਾਂ ਦੇਖਣਾ ਵਾ ਇੱਕ ਤਾਂ ਸ਼ਿਸ਼ਾ ਆਪਣੇ ਕੋ ਹੈਗਾ ਟਿੱਪੀ ਵਾਲਾ ਇੱਕ ਆਪਣੇ ਕੋ ਹੈਗਾ ਅੱਧਕ ਵਾਲਾ ਤੇ ਜੇ ਤੁਹਾਨੂੰ ਇਹ ਚੀਜ਼ ਯਾਦ ਹੋਊਗੀ ਪਹਿਲਾਂ ਤੁਸੀਂ ਦੇਖਣਾ ਟਿੱਪੀ ਵਾਲਾ ਆਉਣਾ ਜਾਂ ਅੱਧਕ ਵਾਲਾ ਸ਼ਿਸ਼ਾ ਆਉਣਾ ਸਭ ਤੋਂ ਪਹਿਲਾਂ ਕੀ ਆਉਂਦੀ ਟਿੱਪੀ ਫੇ ਆਉਂਦਾ ਅੱਧਕ ਇਸ ਕਰਕੇ ਪਹਿਲਾਂ ਆਪਾਂ ਪੀ ਆਲਾ ਸ਼ਿਸ਼ਾ ਲਿਖਣਾ ਮਤਲਬ ਕਿ ਸ਼ਨਨਾ ਲਿਖਣਾ ਫੇ ਅੱਧ ਕਾਲਾ ਸ਼ਿਸ਼ਾ ਲਿਖਣਾ ਛੱਲੀ ਲਿਖਣਾ ਠੀਕ ਹੈ ਫੇ ਜਿਹੜਾ ਤੀਜੇ ਨੰਬਰ ਤੇ ਜੀਜਾ ਮਤਲਬ ਜੀਜੇ ਤਿੰਨ ਸੀਗੇ ਇੱਕ ਤਾਂ ਜੀਜਾ ਸੀਗਾ ਮੁਕਤਾ ਜਿਹੜਾ ਜਹਾਜ਼ ਮਤਲਬ ਇਹਨਾਂ ਕੋਈ ਲਗਾਮਾਤਰਾ ਨਹੀਂ ਪਾਈ ਸੀ ਤੇ ਇੱਕ ਆਪਣੇ ਕੋ ਜੀਜਾ ਸੀਗਾ ਵਿਹਾਰੀ ਆਲਾ ਇੱਕ ਸੀਗਾ ਹੋੜੇ ਆਲਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਉਹ ਕਹਿੰਦੇ ਜੇ ਅੱਖਰ ਮੁਕਤਾ ਜਿਹੜਾ ਅੱਖਰ ਆ ਉਹ ਪਹਿਲਾਂ ਲਿਖਣਾ ਫਿਰ ਉਸ ਤੋਂ ਬਾਅਦ ਆ ਕੀ ਸੀਗੀ ਆਪਣੇ ਕੋ ਬਿਹਾਰੀ ਆਲਾ ਸੀ ਆਪਣੇ ਅੱਖਰ ਉਹ ਲਿਖਤਾ ਫਿਰ ਆਪਾਂ ਹੋੜੇ ਆਲਾ ਲਿਖਤਾ ਆਪਣੇ ਕੋ ਉਸ ਤੋਂ ਬਾਅਦ ਆ ਹੋੜਾ ਆਇਆ ਸੀ ਉਹ ਲਿਖਤਾ ਫਿਰ ਬਾਕੀ ਤੁਹਾਨੂੰ ਪਤਾ ਹੀ ਹੈ ਜਿਹੜਾ ਇੱਕ ਆਪਣੇ ਕੋ ਬਚ ਗਿਆ ਝੁਕਣਾ ਠੀਕ ਹੈ ਚਿਜਾਂ ਬਚ ਗਿਆ ਸੀਗਾ ਤੇ ਉਹ ਆਪਾਂ ਲਾਸਟ ਦੇ ਲਿਖਤਾ ਇਹ ਵਾਲਾ ਥੋੜੀ ਤੁਹਾਨੂੰ ਕਈ ਬੱਚਿਆਂ ਨੂੰ ਇਹ ਥੋੜਾ ਔਖਾ ਲੱਗਦਾ ਹੁੰਦਾ ਇਹ ਔਖਾ ਨਹੀਂ ਹੈਗਾ ਇਹਦੇ ਵਾਸਤੇ ਤੁਹਾਨੂੰ ਆਹ ਚੀਜ਼ ਯਾਦ ਰੱਖਣੀ ਪੈਣੀ ਆ ਮੁਕਤਾ ਜਿਹਦੇ ਨਾਲ ਕੋਈ ਲਗਾਮਾਤਰਾ ਨਹੀਂ ਲੱਗੀ ਕੰਨਾ ਸਿਆਰੀ ਪਿਆਰੀ ਔਕੜ ਤਲੈਂਕੜ ਲਾਮ ਦ람 ਹੋੜਾ ਕਨੋੜਾ ਬਿੰਦੀ ਟਿੱਪੀ ਅਦਕ ਬਾਕੀ ਸਾਰਾ ਉਸੇ ਤਰ੍ਹਾਂ ਹੀ ਕਰਨਾ ਠੀਕ ਆ ਪਹਿਲਾਂ ਆਪਾਂ ਅੱਖਰ ਦੇਖ ਲੈਣੇ ਆ ਊੜੇ ਐੜੇ ਦਾ ਸਭ ਤੋਂ ਪਹਿਲਾਂ ਕਿਹੜਾ ਅੱਖਰ ਆਉਂਦਾ ਤੁਸੀਂ ਬਸ ਉਹ ਜਿਹੜਾ ਲਗਾ ਮਾਤਰਾਵਾਂ ਵਾਲਾ ਉਹਦੇ ਅਨੁਸਾਰ ਦੇਖ ਲੈਣਾ ਪਹਿਲਾਂ ਟਿੱਪੀ ਵਾਲਾ ਆਉਂਦਾ ਫੇ ਅਦਕ ਵਾਲਾ ਆਉਂਦਾ ਫੇ ਜਿੱਜਾ ਮਤਲਬ ਕਿ ਜਿੱਦਾ ਕੀ ਉਹਨਾਂ ਨੇ ਦੇਖਿਆ ਕਿ ਪਹਿਲਾਂ ਜਿੱਜੇ ਜੇ ਤੈਨੂੰ ਆ ਤੇ ਪਹਿਲਾਂ ਕਿਹੜਾ ਚਿੱਜਾ ਲਿਖਣਾ ਪਹਿਲਾਂ ਮੁਕਤਾ ਲਿਖਣਾ ਫੇ ਵਿਹਾਰੀ ਵਾਲ ਲਿਖਣਾ ਫੇ ਹੋੜੇ ਵਾਲਾ ਲਿਖਣਾ ਜੇ ਤੁਹਾਨੂੰ ਸਮਝ ਲੱਗ ਗਈ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਵੀ ਹਾਂਜੀ ਸਾਨੂੰ ਸਮਝ ਲੱਗ ਗਈ ਆ ਤੇ ਤੁਹਾਨੂੰ ਜਿਹੜੇ ਇੰਪੋਰਟੈਂਟ ਪੇਪਰ ਦੇ ਵਿੱਚ ਆਉਣ ਵਾਲੇ ਆ ਜਿਹੜੀਆਂ ਐਗਜ਼ਾਮਪਲਾਂ ਦੀ ਰਿਵੀਜ਼ਨ ਅਗਲੀ ਵੀਡੀਓ ਚ ਕਰਾ ਦੇਵਾਂਗੇ ਫੇਰ ਨਹੀਂ ਤਾਂ ਰਿਵੀਜ਼ਨ ਕਰਨ ਦੀ ਲੋੜ ਨਹੀਂ ਹੈਗੀ ਉਦੋਂ ਹੀ ਮਤਲਬ ਜੇ ਤੁਸੀਂ ਸਮਝ ਲਿਆ ਤੇ ਮਤਲਬ ਤੁਹਾਨੂੰ ਲੱਗ ਜਾਣਾ ਪਤਾ ਜੇ ਤੁਹਾਨੂੰ ਫਿਰ ਵੀ ਆਹ ਵਾਲੀ ਨਹੀਂ ਸਮਝ ਲੱਗਾ ਹੈਗਾ ਤਾਂ ਤੁਸੀਂ ਕਮੈਂਟ ਕਰ ਸਕਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਕਰਨਾ ਕਰ ਦਿਓ ਪਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ